ਤਸਵੀਰਾਂ ਨਵਾਂਸ਼ਹਿਰ ਦੇ ਬਲਾਕ ਸਰੋਵਰ ਦੇ ਪਿੰਡ ਧਰਮਪੁਰ ਦੀਆਂ ਹਨ ਜਿੱਥੋਂ ਦਾ ਨੌਜਵਾਨ ਧਰਮਿੰਦਰ ਕੁਮਾਰ ਉਰਫ ਰਿੱਕੀ ਕਿਸਾਨਾ ਪੁੱਤਰ ਦਰਸ਼ਨ ਲਾਲ ਭਾਰਤ ਦੇ ਬੰਗਲਾਦੇਸ਼ ਸਰਹੱਦ ਤੇ ਅਸਾਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਇਆ ਹੈ। ਧਰਮਿੰਦਰ ਕੁਮਾਰ ਉਰਫ ਰਿੱਕੀ ਆਪਣੇ ਸਾਥੀਆਂ ਸਮੇਤ ਅਸਾਮ ਦੇ ਵਿੱਚ ਭਾਰਤ ਬੰਗਲਾਦੇਸ਼ ਸਰਹੱਦ ਤੇ ਦੱਖਣੀ ਸਲਮਾਰਾ ਮਾਨਕਚਾਰ ਜ਼ਿਲ੍ਹੇ ਵਿੱਚ ਸਰਕਾਰੀ ਗੱਡੀ ਵਿੱਚ BSF ਵਿੱਚ ਗਸ਼ਤ ਕਰ ਰਿਹਾ ਸੀ ਕਿ ਅਚਾਨਕ ਉਸਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ। ਦੱਸਿਆ ਗਿਆ ਹੈ ਕਿ ਕਾਰ ਡੂੰਘੇ ਪਾਣੀ ਵਿੱਚ ਜਾ ਡਿੱਗੀ ਜਿਸ ਤੋਂ ਬਾਅਦ ਉਸਦੀ ਮੌਤ ਹੋਈ ਹੈ। ਸੜਕ ਹਾਦਸੇ 'ਚ ਜਾਨ ਗੁਆਉਣ ਵਾਲੇ ਉਕਤ ਨੌਜਵਾਨ ਦੀ ਮ੍ਰਿਤਕ ਦੇ ਅੱਜ ਜੱਦੀ ਪਿੰਡ ਧਰਮਪੁਰ ਵਿਖੇ ਪਹੁੰਚੀ ਜਿਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਸਦੀ ਉਮਰ 32 ਸਾਲ ਦੇ ਕਰੀਬ ਸੀ ਜੋ ਕਿ ਕਰੀਬ 11 ਸਾਲ ਪਹਿਲਾਂ ਹੀ BSF ਵਿੱਚ ਭਰਤੀ ਹੋਇਆ ਸੀ ਅਤੇ ਆਪਣੇ ਪਿੱਛੇ ਪਤਨੀ ਸਮੇਤ 2 ਬੇਟੇ ਛੱਡ ਗਿਆ ਹੈ। ਇਸ ਤੋਂ ਇਲਾਵਾ ਉਸਦੇ ਮਾਤਾ ਪਿਤਾ ਤੇ ਭੈਣ ਭਰਾ ਵੀ ਹਨ। ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰਾਂ ਤੇ ASO ਜਗਜੀਤ ਸਿੰਘ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ। ਮੁੰਡਾ ਹੈ ਜੀ ਇਹ ਧਰਮਿੰਦਰ ਸਿੰਘ ਉਰਫ ਵਿੱਕੀ ਰਿੱਕੀ ਹੈ ਸਨ ਆਫ ਦਰਸ਼ਨ ਲਾਲ। ਇਹ 11 ਦਾ ਭਰਤੀ ਸੀਗਾ 45 BSF ਦੇ ਵਿੱਚ ਇਹ ਨੌਕਰੀ ਕਰ ਰਿਹਾ। 32 ਸਾਲ ਇਹਦੀ ਏਜ ਬਣੀ ਹੈ ਤਾਂ ਨੌਕਰੀ ਵੀ ਇਹਦੀ ਕਮ ਸੇ ਕਮ 12 ਜਾਂ 13 ਸਾਲ ਨੌਕਰੀ ਹੋ ਗਈ ਹੈ 11-22। ਤੋ ਮਤਲਬ ਇਹ ਬਹੁਤ ਸੋਹਣੀ ਡਿਊਟੀ ਕਰਦਾ ਸੀਗਾ, ਬਹੁਤ ਹੀ ਵਧੀਆ ਅੱਛਾ ਲੜਕਾ ਸੀ ਸਾਡੀ ਯੂਨਿਟ ਦੇ ਵਿੱਚ। ਇਸ ਟਾਈਮ ਕੋਈ ਖਾਣਾ ਨਹੀਂ ਖਾ ਰਿਹਾ ਸੀ, ਜਿਸ ਦਿਨ ਦੇ ਚੱਲਿਆ ਸਭ ਇਹੀ ਪੁੱਛ ਰਿਹਾ, ਫੋਨ 'ਤੇ ਫੋਨ ਆ ਰਹੇ, ਦੁਨੀਆ ਰੋ ਰਹੀ ਹੈ, ਸਾਡੀ ਪੂਰੀ BSF ਦਾ ਅਫਸਰ ਤੱਕ ਰੋ ਰਿਹਾ। ਕੋਈ ਇਹਦਾ ਜੋ ਇਹਦਾ ਡੀਲਿੰਗ ਹੀ ਹੈ ਅਫਸਰ ਦੇ ਨਾਲ, ਜਵਾਨ ਦੇ ਨਾਲ ਇਹੋ ਜਿਹਾ ਡੀਲਿੰਗ ਸੀ ਕਿ ਮੈਂ ਐਸਾ ਲੜਕਾ ਨਹੀਂ ਦੇਖਿਆ ਕਦੀ। ਬਹੁਤ ਹੋਣਹਾਰ ਲੜਕਾ ਸੀ ਪਰ ਇਹਦੀ ਘਟਨਾ ਕਰਕੇ ਪਰਮਾਤਮਾ ਵੱਲੋਂ ਅਤੇ ਆਪਣੇ ਛੋਟੀ ਜਿਹੀ ਉਮਰੇ ਵਿੱਚ ਇਹ ਆਪਣੇ ਚਲਾ ਗਿਆ। ਸਰ ਹਾਦਸਾ ਕੀ? ਮੈਂ ਧਰਮਪੁਰ ਤੋਂ ਸੁਰੇਸ਼ ਸਰਪੰਚ, ਮੇਰੇ ਪਿੰਡ ਦਾ ਮੇਰਾ ਭਤੀਜਾ ਸਮਝ ਲਓ, ਬਹੁਤ ਹੋਣਹਾਰ ਨੌਜਵਾਨ BSF ਦੇ ਵਿੱਚ ਧਰਮਿੰਦਰ ਉਰਫ ਵਿੱਕੀ ਸਨ ਆਫ ਦਰਸ਼ਨ ਲਾਲ ਦਾ ਬੇਟਾ, ਬਹੁਤ ਹੋਣਹਾਰ ਬੇਟਾ ਸੀਗਾ, ਪਿੰਡ ਦੇ ਵਿੱਚ ਬਹੁਤ ਅੱਛਾ ਕੈਰੀਅਰ ਸੀ। ਔਰ ਜਦੋਂ 13 ਵਾਰ ਭਰਤੀਆਂ ਦੇਖੀਆਂ, 13ਵੀਂ ਵਾਰ ਜਾ ਕੇ ਭਰਤੀ ਹੋਇਆ, ਇਹਨੇ ਆਪਣਾ ਇੱਕ ਸੰਕਲਪ ਕਰ ਲਿਆ ਵੀ ਮੈਂ ਭਰਤੀ ਹੋਣਾ ਹੀ ਹੋਣਾ। ਅਸੀਂ ਵੀ ਕਿਸੇ ਨੇ ਕਿਹਾ ਵੀ ਚੱਲ ਵੀ ਠੀਕ ਹੈ, ਅਸੀਂ ਕਿਹਾ ਵੀ ਦੇ ਨਹੀਂ ਬਣਦੀ ਗੱਲ ਤਾਂ ਰਹਿਣ ਦਿਓ, ਕਹਿੰਦਾ ਨਹੀਂ ਜੀ ਮੈਂ ਭਰਤੀ ਹੋਣਾ ਹੀ ਹੋਣਾ। ਔਰ ਭਰਤੀ ਹੋ ਗਿਆ, ਭਰਤੀ ਹੋ ਕੇ ਦੇਸ਼ ਦੀ ਸੇਵਾ ਦੇ ਵਿੱਚ ਲੱਗ ਗਿਆ। ਔਰ ਉੱਥੇ ਪੋਸਟਿੰਗ ਅੱਜ ਕੱਲ੍ਹ ਅਸਾਮ ਦੇ ਵਿੱਚ ਸੀਗੀ ਅਤੇ ਉੱਥੇ ਇਹਨਾਂ ਦੇ ਪੈਟਰੋਲੀਅਮ ਡਿਊਟੀ ਨਿਭਾ ਰਿਹਾ ਸੀਗਾ, ਆਪਣੇ ਸਾਥੀਆਂ ਨੂੰ ਛੱਡਣ ਗਿਆ ਰਸਤੇ। ਉੱਥੇ ਇੱਕ ਟਰਨ ਦੇ ਲਈ, ਟਰਨ ਦੇ ਉੱਪਰ ਆ ਕੇ ਉੱਥੇ ਗੱਡੀ ਕੋਈ ਆਪਣੇ ਟੈਕਨੀਕਲੀ ਫਾਲਟ ਪੈਣ ਦੇ ਨਾਲ, ਗੱਡੀ ਬੰਦ ਹੋਣ ਦੇ ਨਾਲ ਜਾਂ ਕਿੱਦਾਂ ਵੀ ਡਿੱਗਿਆ, ਉਹ ਪਾਣੀ ਦੇ ਵਿੱਚ ਜਾ ਕੇ ਗੱਡੀ ਡਿੱਗ ਪਈ। 5 ਬੰਦੇ ਸੀਗੇ ਗੱਡੀ ਦੇ ਵਿੱਚ, 3 ਬੰਦੇ ਪਿੱਛੇ ਬੈਠੇ ਸੀਗੇ ਅਤੇ ਇਹ ਖੁਦ ਗੱਡੀ ਚਲਾ ਰਿਹਾ ਸੀ ਅਤੇ ਨਾਲ ਇਹਦੇ ਇੱਕ ਬੰਦਾ ਹੋਰ ਬੈਠਾ ਸੀ UP ਦਾ ਜਤਿੰਦਰ ਪਾਂਡੇ, ਉਹ ਵੀ ਵਿਚਾਰਾ ਇਹਦੇ ਨਾਲ ਹੀ ਸ਼ਹਾਦਤ ਦੇ ਗਿਆ। ਬਾਕੀ 3 ਬੱਚੇ ਜਿਹੜੇ ਸੀਗੇ ਉਹ ਟਰਨ ਦੇ ਨਾਲ ਜਿਸ ਵੇਲੇ ਲਈ ਗੱਡੀ ਟੇਢੀ ਹੋਣ ਦੇ ਨਾਲ ਉਹਨਾਂ ਨੇ ਛਲਾਂਗਾਂ ਲਾਈਆਂ, ਛਲਾਂਗਾਂ ਲਾਉਣ ਦੇ ਨਾਲ ਉਹ ਗਿਰ ਗਏ ਅਤੇ ਉਹ ਆਪਣਾ ਜਾਨ ਬਚਾ ਗਏ। ਇਹ ਖੁਦ ਗੱਡੀ ਚਲਾ ਰਿਹਾ ਸੀਗਾ, ਗੱਡੀ ਚਲਾਉਣ ਦੇ ਬਾਵਜੂਦ ਗੱਡੀ ਨੂੰ ਵਿੱਚ ਪਾਣੀ ਦੇ ਵਿੱਚ ਡਿੱਗਣ ਦੇ ਨਾਲ ਇਹਨਾਂ ਦਾ ਨਵਾਂ ਸ਼ਹਿਰ ਤੋਂ ਸੁਖਜਿੰਦਰ ਸਿੰਘ ਸੁੱਖਾ ਦੀ ਰਿਪੋਰਟ, ਪੰਜਾਬ ਟੂਡੇ।